ਹੁਸ਼ਿਆਰਪੁਰ ਦੇ ਪ੍ਰਸਿੱਧ ਡਾਕਟਰ ਡਾਕਟਰ ਅਰਵਿੰਦ ਕੁਮਾਰ ਤੇ ਅੱਜ ਸਵੇਰੇ ਕੁਝ ਅਗਿਆਤ ਲੋਕਾਂ ਨੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਨਾਲ ਘਾਇਲ ਕਰ ਦਿੱਤਾ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਮਾਡਰਨ ਹਸਪੀਟਲ ਵਿਖੇ ਦਾਖਲ ਕਰਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਮਰਾਮੈਨ ਲਖਵਿੰਦਰ ਲੱਕੀ ਦੇ ਨਾਲ ਸੰਦੀਪ ਡੋਗਰਾ ਦੀ ਰਿਪੋਰਟ। ਘਰੋਂ ਬਾਹਰ ਹੀ ਨਿਕਲਿਆ ਸੀ, ਕਾਰ 'ਚ ਬੈਠਣ ਲੱਗਾ ਸੀ ਬਸ। ਠੀਕ ਹੈ। ਅਤੇ ਆਇਆ ਬੰਦਾ, ਕਹਿੰਦਾ ਘਰ ਦੇਖਣਾ ਪੇਸ਼ੈਂਟ, ਕਹਿੰਦਾ ਹੋਸਪਿਟਲ ਆ ਜਾਓ। ਠੀਕ ਹੈ ਸਰ। ਉਹਨੇ ਕਹਿੰਦੇ ਸੀ ਹਾਂ, ਅਤੇ ਦੋ ਬੰਦੇ ਹੋਰ ਦੌੜਦੇ ਸਰੀਏ ਸੀਗੇ, ਤਿੰਨਾਂ ਕੋਲ ਕਿਹਨੇ ਪਿੱਛੇ ਰੱਖਾ, ਹੱਥ ਦੇ ਪਿੱਛੇ ਕੀਤਾ ਸੀ। ਹਾਂ, ਇੱਕ ਦਾ ਜਿਹੜਾ ਸਭ ਤੋਂ ਪਹਿਲਾਂ ਸੀ। ਅਤੇ ਤੁਹਾਨੂੰ ਕੁਛ ਜਾਣ ਪਛਾਣ ਇੱਦਾਂ ਲੱਗਾ ਕਿ ਮੈਨੂੰ ਕੋਈ ਜਾਣਦਾ ਹੋਵੇ? ਦੇਖਣਾ ਘਰ, ਮੈਂ ਕਿਹਾ ਹੋਸਪਿਟਲ ਆ ਜਾਓ, ਮੈਨੂੰ ਗਲੇ ਤੋਂ ਫੜ ਲਿਆ। ਦੋ ਬੰਦੇ ਦੌੜ ਕੇ ਆਏ, ਮੂੰਹ ਨਾਲ ਇਹਦੀ ਗਲੀ 'ਚ ਖੜ੍ਹੇ ਸੀਗੇ। ਚੌਥਾ ਬੰਦਾ ਕਾਰ 'ਚ ਸੀ, ਵੇਟਸ 'ਚ, ਅਤੇ ਸਰੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜੀ। ਫਿਰ ਮੈਂ ਮਤਲਬ ਇੱਕ ਦਾ ਸਰੀਆ ਫੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜੀ, ਫਿਰ ਉਹ ਛੱਡ ਕੇ ਦੌੜ ਗਏ।